ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ KCGC TV 'ਤੇ। ਦਰਸ਼ਕੋ, ਮੈਂ ਖੜੀ ਹਾਂ ਇਸ ਵਕਤ ਖਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ, ਅਤੇ ਤੁਸੀਂ ਵੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਵਿੱਚ ਇੱਕ ਬਹੁਤ ਹੀ ਖੂਬਸੂਰਤ ਇੱਕ ਓਂਕਾਰ ਦੀ ਪ੍ਰਤਿਮਾ ਜਿਹੜੀ ਹੈ ਸੁਸ਼ੋਭਿਤ ਹੋਈ ਹੈ, ਅਤੇ ਇਸ ਦਾ ਉਦਘਾਟਨ ਕੀਤਾ ਹੈ ਸਾਡੇ ਪ੍ਰੈਜ਼ੀਡੈਂਟ ਸਰਦਾਰ ਸਤਿਆਜੀਤ ਸਿੰਘ ਜੀ ਮਜੀਠੀਆ ਨੇ। ਬਹੁਤ ਹੀ ਖੂਬਸੂਰਤ ਪ੍ਰਤਿਮਾ ਹੈ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਫਿਰ ਇਸ ਪ੍ਰੋਗਰਾਮ ਦੀਆਂ, ਇਸ ਉਦਘਾਟਨ ਦੀਆਂ ਕੁਝ ਝਲਕੀਆਂ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਦਿਨ ਜਿਹੜਾ ਬੜਾ ਖੂਬਸੂਰਤ ਦਿਨ ਹੈ, ਅਤੇ ਮੇਰੇ ਨਾਲ ਸਾਡੇ ਪ੍ਰੈਜ਼ੀਡੈਂਟ ਸਰਦਾਰ ਸਤਿਆਜੀਤ ਸਿੰਘ ਜੀ ਮਜੀਠੀਆ ਇਸ ਵਕਤ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਸਰ ਅੱਜ ਦੇ ਦਿਨ ਲਈ ਬਹੁਤ ਬਹੁਤ ਵਧਾਈ, ਅਤੇ ਅਸੀਂ ਗੱਲ ਕਰਦੇ ਹਾਂ ਜਿਹੜੀ ਖੂਬਸੂਰਤ ਪ੍ਰਤਿਮਾ ਗੁਰੂ ਇੱਕ ਓਂਕਾਰ ਸਾਹਿਬ ਦੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਗਈ ਹੈ, ਅਤੇ ਕੀ ਕਹਿਣਾ ਚਾਹੋਗੇ ਸਰ? ਇਹ ਵੀ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸੇਵਾ ਲਈ ਜਾ ਰਹੇ ਨੇ, ਜੋ ਜੋ ਸਮਤ ਬਖਸ਼ਦੇ ਨੇ ਸੋ ਕਰਵਾਈ ਜਾ ਰਹੇ ਨੇ। ਸੇਵਾਦਾਰ ਹੈ ਜੀ, ਜੋ ਕਰਨ ਕਰਾਉਣ ਵਾਲਾ ਮਾਲਕ ਆਪ ਹੈ। ਅੱਜ ਉਹਨਾਂ ਨੇ ਬਖਸ਼ਿਸ਼ ਕਰਕੇ ਬੜੇ ਪਿਆਰ ਨਾਲ, ਇਤਫਾਕ ਨਾਲ, ਬਿਨਾਂ ਕਿਸੇ ਸਰਗਰਮ ਦੇ ਗੁਰੂ ਸਾਹਿਬ ਨੇ ਫਿਰ 5 ਸਾਲ ਦੀ ਨਵੀਂ ਕੌਂਸਲ ਬਖਸ਼ ਦਿੱਤੀ ਹੈ, ਨਵੇਂ ਮੈਂਬਰ ਬਣੇ ਨੇ। ਹੁਣ ਇਹੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਵੀ ਜਿਸ ਤਰ੍ਹਾਂ ਪਿੱਛੇ ਬਾਂਹ ਫੜ ਕੇ ਸੇਵਾ ਲਈ ਜਾ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ ਦੀ ਸੇਵਾ ਲੈਣ, ਅਤੇ ਇਹ ਜਿਹੜੇ ਸੰਸਥਾ ਨੇ ਚੜ੍ਹਦੀ ਕਲਾ ਵਿੱਚ ਵੱਲ ਨੂੰ ਜਾਣ, ਬੱਚਿਆਂ ਨੂੰ ਅੱਛੀ ਤਾਲੀਮ ਦੇ ਸਕਣ ਜਿਹਦੇ ਨਾਲ ਕਿ ਉਹ ਕਮਾਊ ਬਣਨ, ਪੰਜਾਬ ਦਾ ਫਾਇਦਾ ਕਰਨ, ਹਿੰਦੁਸਤਾਨ ਦਾ ਫਾਇਦਾ ਕਰਨ, ਪਰਿਵਾਰ ਦਾ ਫਾਇਦਾ ਕਰਨ।